सिद्धू मूसेवाला के कतल पिछों नामजद गैंगस्टर अनमोल बिश्नोई की अमरीका विखे एक विआह समागम के गायक करण औजला के नाल वीडियो सामने आने तो बाद सिद्धू मूसेवाला के पिता बलकौर सिंह सिद्धू ने कहा कि वीडियो देख के मैनू बहुत अफसोस होया कि दिल्ली पुलिस की एक रिपोर्ट के यह कहा गया कि उन्होंने अनमोल बिश्नोई नज़रबंद किया। पहला गोल्डी बराड़ के नज़रबंद वाली गल भी झूठी निकली सी, हुण अनमोल बिश्नोई वाली गल भी झूठी निकली है। तो उन्होंने सवाल किया कि ਉਹ ਅਮਰੀਕਾ ਕਿਵੇਂ ਚਲਾ ਗਿਆ। ਖਰ ਜਦੋਂ ਮੈਂ ਦੇਖੀ ਮੈਂ ਤਾਂ ਮੈਂ ਵੀ ਰਾਤ ਦਾ ਵੇਖ ਰਿਹਾ ਇਸ ਗੱਲ ਨੂੰ, ਪਰ ਬਹੁਤ ਅਫਸੋਸ ਹੁੰਦਾ ਮਨ ਨੂੰ, ਕਿਉਂਕਿ ਮੈਂ ਮੇਰੀ ਸਮਝ ਮੁਤਾਬਕ ਤਾਂ ਜਿਹੜਾ ਅਨਮੋਲ ਬਿਸ਼ਨੋਈ ਆ ਉਹ ਡਿਟੇਨ ਕੀਤਾ ਹੋਇਆ ਦਿੱਲੀ ਪੁਲਿਸ ਦੀ। ਮੈਂ ਪਹਿਲਾਂ ਇੱਕ ਰਿਪੋਰਟ ਪੜ੍ਹੀ ਸੀਗੀ, ਪਰ ਪਹਿਲਾਂ ਗੋਲਡੀ ਵਾਲੀ ਵੀ ਝੂਠੀ ਹੋ ਗਈ, ਉਸ ਤੋਂ ਬਾਅਦ ਇਹ ਵੀ ਫੇਕ ਲੱਗਦੀ ਹੈ, ਕਿਉਂਕਿ ਉਹ ਤਾਂ 17 ਤਰੀਕ ਨੂੰ ਬੰਦਾ ਆਪਾਂ ਵੀਡੀਓ ਦੇ ਵਿੱਚ ਦੇਖ ਰਹੇ ਹਾਂ ਅਮੈਰੀਕਾ ਵਿਆਹ ਦੇ ਵਿੱਚ ਨੱਚ ਰਿਹਾ। ਮਨ ਤਾਂ ਦੁਖੀ ਹੁੰਦਾ ਵੀਰ ਇਸ ਗੱਲ ਤੋਂ। ਕਿਵੇਂ ਦੇਖਦੇ ਹੋ ਸਰਕਾਰ ਨੇ ਇਸ ਨੂੰ ਭਰੋਸਾ ਦਵਾਇਆ ਸੀਗਾ ਜਦੋਂ ਉੱਥੇ ਵਿਧਾਨ ਸਭਾ ਗਏ ਸੀਗੇ, ਤਾਂ ਉਸ ਤੋਂ ਬਾਅਦ ਕੋਈ ਰਾਬਤਾ ਹੋਇਆ ਜੀ? ਮੈਂ ਤਾਂ ਮਤਲਬ ਸਰਕਾਰ ਦੀਆਂ ਜਿੰਨੀਆਂ ਵੀ ਇਹ ਅਨਾਊਂਸਮੈਂਟਾਂ ਆਉਂਦੀਆਂ ਨੇ, ਪਤਾ ਨਹੀਂ ਸੋਚ ਸਮਝ ਕੇ ਕਰਦੇ ਆ ਜਾਂ ਮਤਲਬ ਸਿੱਧੂ ਦੇ ਚਾਹੁਣ ਵਾਲਿਆਂ ਦਾ ਕੋਈ ਇਹਨਾਂ 'ਤੇ ਪ੍ਰੈਸ਼ਰ ਹੈ ਵੀ ਉਸ ਕਰਕੇ ਵੀ ਲੋਕਾਂ ਨੂੰ ਬੁੱਧੂ ਬਣਾਉਣ ਵਾਲੀ ਗੱਲ ਹੀ ਹੈ ਕਿਸਮ ਦੀ, ਵੀ ਜਦੋਂ ਕੋਈ ਇਨਫੋਰਮੇਸ਼ਨ ਸਹੀ ਨਹੀਂ ਹੈਗੀ ਫਿਰ ਤੁਸੀਂ ਕਾਹਤੋਂ ਅਨਾਊਂਸਮੈਂਟ ਕਰਦੇ ਹੋ ਉਸ ਗੱਲ ਦੀ। ਜੋ ਡਿਟੇਨ ਕੀਤਾ ਹੋਇਆ ਅਮੈਰੀਕਾ ਕਿੱਦਾਂ ਚਲਾ ਗਿਆ? ਅੱਜ ਤੱਕ ਲਾਰੈਂਸ ਦੀ ਵੀਡੀਓ ਬਣ ਗਈ ਹੈ, ਉਹ ਵੀਡੀਓ ਦਾ ਨਹੀਂ ਹਾਲੇ ਤੱਕ ਨੇ ਜਾਂਚ ਕਮੇਟੀ ਪਤਾ ਕਰ ਸਕੀ ਵੀ ਉਹ ਵੀਡੀਓ ਕਿੱਥੇ ਬਣ ਗਈ, ਜਦਕਿ ਕਲੀਅਰ ਕੱਟ ਗੱਲਾਂ ਨੇ ਪਰ ਕਿਉਂ ਛੁਪਾਈਆਂ ਜਾ ਰਹੀਆਂ ਲੋਕਾਂ ਤੋਂ? ਮੈਂ ਤਾਂ ਮਤਲਬ ਗੌਰਮੈਂਟ ਦੀ ਇਸ ਸੋਚ ਨੂੰ ਵੇਖ ਕੇ ਤਰਸ ਆਉਂਦਾ ਇਹਨਾਂ ਦੇ ਉੱਤੇ, ਕਿਉਂ ਇਸ ਤਰ੍ਹਾਂ ਕਰ ਰਹੇ ਨੇ ਯਾਰ, ਇੱਕ ਸ਼ਰੀਫ ਬੰਦੇ ਦਾ ਦਿਲ ਟੁੱਟਣ ਵਾਲੀ ਗੱਲ ਹੈ। अजीत पंजाबी दी ऑथेंटिक खबरां दे लई सब्सक्राइब करो अजीत वेब टीवी, अते ताज़ी खबरां दी नोटिफिकेशन पाउण दे लई बैल आइकन ते क्लिक करो।